पंजाब विच बेशक रात का करफ्यू है पर गुनहगार गुनाह करने लई करफ्यू की परवाह नहीं करते। बीते रात बटाले के रहायशी कलोनी धर्मपुरा विच अणपछाते लोगों वल्लों एक व्यक्ति नूं निशाना बना के 5 राउंड फायर किए गए सन पर दरवाजा बंद होने की वजह नाल कोई भी जानी नुकसान नहीं होया। पुलिस ने मौके उत्ते पहुंच के तफ्तीश शुरू कर दी है। घर के मालिक बब्बू ने दसिया कि कल रात उन्होंने घर के बाहर किसी ने फायरिंग की सी पर खुशकिस्मती नाल उन्हां दा बचा रहा। उन्हां दी किसे नाल कोई दुश्मनी नहीं है अते ना ही उन्हां नूं किसे वल्लों धमकी दित्ती गई सी। मेरा नाम चरणप्रीत है, बब्बू नाम मेरा नाम है। की इह सारा इंसीडेंट होया? रात नूं पौने के 11 बजे कोई एक्टिवा दे उपर दो मुंडे आए ने, उन्हां ने गोलियां चलाईयां ने मेरे गेट दे विच ते टारगेट बना के मैनूं ते असीं घर नहीं सी रात नूं पर उसे वेले फरार हो गए। किन्ने फायर होए? 5 फायर होए सर। ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਵੀ ਹੋਈ, ਬਾਕੀ ਅਜੇ ਦੇਖੋ ਕਿ ਕੀ ਕਰਦੇ। ਉੱਥੇ ਹੀ ਇਸ ਮੌਕੇ ਜਦੋਂ ਇਲਾਕਾ ਨਿਵਾਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦੋਂ 9 ਵਜੇ ਦੇ ਬਾਅਦ ਕਰਫਿਊ ਲੱਗਾ ਹੈ ਤਾਂ ਕਿਸ ਤਰ੍ਹਾਂ ਲੋਕ ਸੜਕਾਂ ਉੱਤੇ ਘੁੰਮ ਰਹੇ ਹਨ। ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਹਮੇਸ਼ਾ ਹੀ ਨਾਕਾਮ ਰਹਿੰਦੀ ਹੈ। ਜੀ, ਕੱਲ੍ਹ ਰਾਤ ਤਕਰੀਬਨ 11:15 ਵਜੇ ਸਾਡੀ ਕਲੋਨੀ ਦੇ ਵਿੱਚ ਬੜੀ ਮਾੜੀ ਘਟਨਾ ਹੋਈ ਹੈ ਕਿ 2 ਅਣਪਛਾਤੇ ਨੌਜਵਾਨ ਸਕੂਟਰੀ 'ਤੇ ਆ ਗਏ ਅਤੇ ਬੱਬੂ ਦੇ ਘਰ ਗੋਲੀਆਂ ਮਾਰ ਕੇ ਗਏ ਨੇ ਉਹਦੇ ਦਰਵਾਜ਼ੇ ਨੂੰ। ਪਹਿਲਾਂ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹਾਂਗਾ ਕਿ ਜੇ ਅਗਰ ਰਾਤ 9 ਵਜੇ ਤੋਂ ਬਾਅਦ ਕਰਫਿਊ ਲੱਗਾ ਤਾਂ ਸੀ ਫਿਰ ਆਮ ਜਨਤਾ ਕਿਉਂ ਤੁਰੀ ਫਿਰਦੀ ਸੀ ਅਤੇ ਕਿਸ ਤਰ੍ਹਾਂ ਇਹ ਮੁੰਡੇ ਜਿਹੜੇ ਨੇ ਸਕੂਟਰ ਦੇ ਸ਼ਹਿਰ 'ਚ ਦਾਖਲ ਹੋ ਗਏ? ਕਿਉਂ ਪੁਲਿਸ ਪ੍ਰਸ਼ਾਸਨ ਨੇ ਇਹਨਾਂ 'ਤੇ ਕਰਫਿਊ ਲਾ ਕੇ ਲਗਾਮ ਨਹੀਂ ਲਗਾਈ ਦੀ? ਅੱਗੇ ਵੀ 2 ਦਿਨ ਵਾਰਦਾਤਾਂ ਹੋ ਚੁੱਕੀਆਂ ਨੇ ਕਾਫੀ ਸਾਡੇ ਏਰੀਏ ਦੇ ਵਿੱਚ, ਅਸੀਂ ਕੰਪਲੇਂਟ ਕਰ ਚੁੱਕੇ ਹਾਂ ਪਰ ਮੈਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਹੈ ਇਹੋ ਜਿਹੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਦੇ। ਉੱਥੇ ਇਸ ਮੌਕੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੱਲ੍ਹ ਰਾਤ ਦੀ ਘਟਨਾ ਬਾਰੇ ਜਾਣਕਾਰੀ ਉਹਨਾਂ ਨੂੰ ਸਵੇਰੇ ਮਿਲੀ ਹੈ ਅਤੇ ਉਹਨਾਂ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ 5 ਰਾਉਂਡ ਫਾਇਰ ਕੀਤੇ ਗਏ ਸਨ ਅਤੇ ਉਹਨਾਂ ਵੱਲੋਂ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰ, ਫਾਇਰ ਇੰਸੀਡੈਂਟ ਹੋਇਆ 10:38 ਮਿੰਟ 'ਤੇ ਰਾਤ, ਔਰ ਇਹਨਾਂ ਨੇ ਇਨਫੋਰਮੇਸ਼ਨ ਸਾਨੂੰ ਸਵੇਰੇ ਦਿੱਤੀ ਹੈ ਜੀ ਹੁਣ ਕਰੀਬ 1 ਘੰਟਾ ਪਹਿਲਾਂ, ਔਰ ਅਸੀਂ ਇਮੀਡੀਏਟਲੀ ਪਹੁੰਚੇ ਇੱਥੇ, ਹੁਣ ਇਨਵੈਸਟੀਗੇਟ ਕਰ ਰਹੇ ਹਾਂ ਔਰ ਪਰਚਾ ਦੇ ਕੇ ਅੱਗੇ ਉਹ ਜਿਹੜੇ ਫੈਕਟਸ ਹੋਣਗੇ ਉਹਦੇ ਅਕੋਰਡਿੰਗਲੀ ਕੀਤੀ ਜਾਏਗੀ ਸਾਰੀ। CCTV ਵਿੱਚ ਕੀ ਸਾਹਮਣੇ? ਇਨਵੈਸਟੀਗੇਸ਼ਨ, ਹਾਂਜੀ CCTV ਵਿੱਚ ਕੀ ਸਾਹਮਣੇ ਆਇਆ? CCTV ਵਿੱਚ 2 ਬੰਦੇ ਆਏ ਆ ਜੀ, ਨਜ਼ਰ ਰਾਤ ਦਾ ਹਨੇਰਾ ਸੀਗਾ, ਬਲਰਡ ਉਹਨਾਂ ਦੀ ਵਿਜ਼ਨ ਹੈਗੀ ਹੈ, ਐਗਜ਼ੈਕਟ ਅਸੀਂ ਫਿਰ ਵੀ ਪਤਾ ਕਰਾਂਗੇ। ਬਾਕੀ CCTV ਚੈੱਕ ਕਰਕੇ ਜਿੰਨੇ ਵੀ ਹੈਗੇ ਇੱਥੇ ਰੈਜ਼ੀਡੈਂਸ਼ੀਅਲ ਏਰੀਆ। ਕਿੰਨੇ ਫਾਇਰ ਹੋਏ? 5 ਰਾਉਂਡ ਫਾਇਰ ਹੋਏ। ਕੀ ਲੱਗਦਾ ਕਿਤਨਾ ਹੋਏ? ਇਹ 7 ਅਜੇ ਉਹ ਨਾ ਬਲਰ ਵਿਜ਼ਨ ਆ ਰਹੀ ਹੈ, ਈਵਨ ਦੈਨ 7.65 ਆ। ਖੋਲ ਕਿੰਨੇ ਵਜੇ? ਖੋਲ 5 ਜੀ। ਓਕੇ, ਥੈਂਕ ਯੂ। ਪ੍ਰਾਈਮ ਦੇ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।